सुनैना मलिक साहब आइया दोस्तों मेरे भाइयों, आपकी मेहरबानी आपके शहर डीजी खान में जितने अगले पिछले दरमियान फ्रंट रल बैठे रल के मारो ताड़ी। यकीन मानो दोस्तों, हालांकि इनके घर में मिस्त्री लगे हुए थे, ये ड्रामे में आ गई है, वो आपस में लगे हुए हैं ताड़ी। कैसी मैडम जी? हाँ जी, इधर आओ। क्यों आपकी बात सुने? इधर आओ, बात सुनो। आपकी बात माने, आपकी बात सुने, हम तो गुलाम है। मैडम बड़ी शेरो शायरी आती है, मुझको तो दिन में तीन तीन दफा शेरो शायरी आती है। मेरे डॉक्टर ने मुझे छिलका खिलाया, अब तो शेरो शायरी रुकती नहीं है। बहरहाल फिर भी आपकी नौकरी करेंगे। यार दे परम नहीं रह गए अजकल यारां विच, जेडे जरफ वाले लोग ने भरावां उन्होंने वास्ते गल मुक्का नूं साडा प्यार लैणा है कि यार दे परम नहीं रह गए अजकल यारां विच। कई बारी मैं खबर पड़ी अखबारां विच, सोहणियां शकलां सोहणियां शकलां ਵਿੱਚੋਂ ਨੀਤਾਂ ਪੁਰੀਆਂ ਨੇ, ਮੂੰਹ ਤੇ ਹਾਸੇ ਬਗਲਾਂ ਦੇ ਵਿੱਚ ਛੁਰੀਆਂ ਨੇ, ਯਾਰ ਨੂੰ ਮਾਰ ਕੇ ਸੁੱਟ ਗਏ ਯਾਰ ਬਾਜ਼ਾਰਾਂ ਵਿੱਚ, ਕਈ ਵਾਰੀ ਮੈਂ ਖਬਰ ਪੜ੍ਹੀ ਅਖਬਾਰਾਂ ਵਿੱਚ, ਸਾਈਕਲ ਕੋਈ ਨੂੰ ਕਿਰਾਏ ਤੇ ਦਿੰਦਾ ਨਹੀਂ, ਸਾਈਕਲ ਨੂੰ ਕੋਈ ਕਿਰਾਏ ਤੇ ਦਿੰਦਾ ਨਹੀਂ, ਸਿਰ ਤੇ ਫਿਰਦਾ ਹੈ ਅੱਜ ਕੱਲ ਘਰਾਂ ਵਿੱਚ, ਖਬਰ ਸ਼ਰਾਬ ਦਾ ਪੈਕ ਹੋਵੇ, ਸ਼ਰਾਬ ਦਾ ਪੈਕ ਹੋਵੇ, ਬੰਦਾ ਉਹਦੀ ਇੱਜ਼ਤ ਕਰੇ ਜਿਹੜਾ ਇੱਜ਼ਤ ਦਲੈਕ ਹੋਵੇ, ਗਾਰੇ ਦੀ ਕੰਧ ਹੋਵੇ, ਗਾਰੇ ਦੀ ਕੰਧ ਹੋਵੇ, ਬੰਦਾ ਭਾਵੇਂ ਸੋਹਣਾ ਨਾ ਹੋਵੇ ਪਰ ਗੈਰਤਮੰਦ ਹੋਵੇ। ਅੱਜ ਕੱਲ ਯਾਰਾਂ ਵਿੱਚ ਕਈ ਵਾਰੀ ਮੈਂ ਖਬਰ ਪੜ੍ਹੀ ਅਖਬਾਰਾਂ ਵਿੱਚ, ਮੈਂ ਤੂੰ ਸ਼ਾਮਿਲ ਕਰ ਜਾ ਭੈਣ ਤੇ ਯਾਰਾਂ, ਭੈਣ ਨੂੰ ਚੁੱਕ ਲੈ ਜਾ ਕੇ ਟੰਗੀ ਪਈਏ ਤਾਰਾਂ, ਚਾਦਰ ਸੁੱਕ ਜਾਵੇ ਪਤਾ ਨਹੀਂ ਉਹ ਜ਼ਿੰਦਗੀ ਦਾ ਕਿਹੜੇ ਮੋੜ ਤੇ ਮੁੱਕ ਜਾਵੇ, ਯਾਰ ਤੇ ਪਰਮੇ ਨਹੀਂ ਰਹਿ ਗਏ ਪਿੰਡੀ ਪਾਜੀ ਪੀਤੀ ਨੀ ਸਾਰੇ ਸਾਧਾ ਨੀ ਮਾਮਾ ਪਾਧਾ ਕੰਜਰਾ ਵੱਲ ਥਾ ਉੱਤੇ ਲਿਖਦੇ ਸਾਂ ਨਹੀਂ ਢੋਲ ਵਫਾ ਕੀਤੀ, ਯਾਰ ਪਾਣੀ ਦੇਖਣਾ ਹੀ ਹੋਵੇ ਸਮਝਦਾਰ ਮਾਸੂ ਸ਼ਰਕ ਆਪੀ ਹੈ, ਪਾਣੀ ਦੇਖਣਾ ਹੀ ਹੋਵੇ ਕਸ਼ਮੀਰ ਅਸਾਂ ਲੈ ਲੈਣਾ ਭਾਵੇਂ ਦੁਸ਼ਮਣ ਕੋਈ ਹੋਵੇ, ਯਾਰ ਤੂੰ ਯਾਦ ਰੱਖੀ ਸੁੱਖ ਸਫਰਾਂ ਵਿੱਚ ਕੋ ਵੀ ਕੋਈ ਸ਼ਾਇਦ ਖੁੱਟ ਮੈਂ ਯਾਦ ਆਸਾਂ, ਲੱਗੋ ਕਈ ਜੋ ਬੋਟ ਮੈਂ ਯਾਦ ਆਸਾਂ, ਪਰ ਸ਼ਾਮ ਦੇ ਵੱਲ ਤੇ ਪੱਖੀਆਂ ਦਾ ਡਿੱਠੋ ਕਈ ਜੋ ਜੁੱਟ ਮੈਂ ਯਾਦ ਆਸਾਂ, ਤੇਰੇ ਹੱਥ ਦਾ ਸ਼ਾਕਿਰ ਸ਼ੀਸ਼ਾ ਹਾਂ ਤੇਰਾ ਉਹ ਸਰ ਤਰੋਟ ਮੈਂ ਕੋਈ ਯਾਦ ਭਾਈਜਾਨ। ਹਰ ਕੋਈ ਬੰਦਾ ਲੜਕੀ ਕੇ ਲਈ ਸ਼ੇਰ ਸੁਣਾਤਾ ਹੈ, ਜੋ ਬੰਦਾ ਆਪਣੇ ਮਾਂ ਬਾਪ ਸੇ ਪਿਆਰ ਕਰਤਾ ਹੈ ਮੇਰੀ ਬਾਪ ਉਨਕੇ ਲਈ ਹੈ, ਕਿ ਕੀਤੀ ਹੈ ਪੰਜਾਬੀ ਮੈਂ ਜ਼ਰਾ ਤਵੱਜੋ ਕੀਜੀਗਾ, ਕਿ ਕੀਤੀ ਚੁੰਦਿਆਂ ਖਬਰ ਨਾ ਮਾਪਿਆਂ ਦੀ ਮੋਇ ਠੋਂਗ ਰਚਾਉਣ ਦਾ ਕੀ ਫਾਇਦਾ,
ਪੱਤਾ ਜੀ ਖੈਰ ਰੋਵੇ ਲਾਣਾ ਜ਼ਰਾ ਥੋੜਾ ਜਿਹਾ ਬੜੇ ਬਿਰਾ ਉਹ ਨੌਕਰੀ ਕਰਨ ਭਾਈ ਜਾਨ ਤੇਰੇ ਵਾਸਤੇ ਬੋਲੇਗਾ ਕਿਤੇ ਜੁੰਦੇ ਖਬਰ ਨੇ ਮਾਪਿਆਂ ਦੀ ਮੋਇਆ ਢੋਂਗ ਰਚਾਉਣ ਦਾ ਕੀ ਫਾਇਦਾ ਪਹਿਲੇ ਕੋਲ ਬਹਿ ਕੇ ਦੁੱਖੜਾ ਖੋਲਿਆ ਨਹੀਂ ਪਿੱਛੋਂ ਰੋਣ ਕੁਰਲਾਉਣ ਦਾ ਕੀ ਫਾਇਦਾ ਉਹ ਸਾ ਹੁੰਦੇ ਨਾ ਭੁੱਖ ਪੁੱਛੀ ਨਾ ਪਿਆਸ ਪਿੱਛੇ ਦੇਗਾ ਚੜਾਉਣ ਦਾ ਕੀ ਫਾਇਦਾ ਫੈਸਲ ਜਣੇ ਦੇ ਮਾਂ ਬਾਪ ਨਾ ਜਾਣ ਰਾਜ਼ੀ ਉਹਨਾਂ ਦੇ ਮੱਕੇ ਵੱਲ ਜਾਣ ਦਾ ਕੀ ਫਾਇਦਾ।